ਹੁਣ 골ਡੀ 브라드 ਦਾ ਵੀ ਕੀਤਾ ਜਾਏਗਾ ਇਨਕਾਊਂਟਰ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ ਹੈ 골ਡੀ 브라드 골ਡੀ 브라드 ਨੂੰ ਲਿਆਂਦਾ ਜਾਏਗਾ ਪੰਜਾਬ ਸਤਿ ਸ਼੍ਰੀ ਅਕਾਲ ਐਕਸ਼ਨ ਪੰਜਾਬ ਨਿਊਜ਼ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਵੀਰਪਾਲ ਸ਼ੇਰਕਿੱਲ ਬੀਤੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਜਾਂਦਾ ਹੈ ਕਹ ਦੱਸਦੀ ਹੈ ਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦਾ ਇਨਕਾਊਂਟਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਇੱਕੋ ਹੀ ਨਾਮ ਹੈ ਜਿਹੜਾ ਉਹ ਹਰ ਇੱਕ ਦੇ ਦਿਮਾਗ ਦੇ ਵਿੱਚ ਹੈ ਗੋਲਦੀਪਰਾ ਜੀ ਹਾਂ ਹਰ ਇੱਕ ਵਿਅਕਤੀ ਹੁਣ ਇਹ ਸੋਚ ਰਿਹਾ ਹੈ ਕਿ ਸਾਰੇ ਗੈਂਗਸਟਰ ਨੇ ਜਿਹੜੇ ਉਹ ਫੜੇ ਗਏ ਨੇ ਇੱਕ ਦੋ ਦੋਸ਼ੀ ਨੇ ਜਿਹੜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਜਾ ਫਿਰ ਉਹਨਾਂ ਦੇ ਨਾਲ ਵੀ ਕੁਝ ਐਸੀ ਘਟਨਾ ਹੀ ਵਾਪਰੇਗੀ ਜਿਸ ਤਰ੍ਹਾਂ ਕਿ ਜਗਰੂਪ ਰੂਪਾ ਤੇ ਮੰਨਤ੍ਰਿਤ ਮੰਨੂ ਕੁਸਾ ਦੇ ਨਾਲ ਵਾਪਰੀ ਹੈ ਪਰ ਇਸੇ ਦੇ ਵਿਚਕਾਰ ਸਿੱਧੂ ਮੂਸੇਵਾਲੇ ਕਤਲ ਦਾ ਮੁੱਖ ਦੋਸ਼ੀ ਜੋ ਹੈ ਗੋਲਡੀ ਬਰਾੜ ਜੋ ਕੈਨੇਡਾ ਦੇ ਵਿੱਚ ਵਿੱਚ ਬੈਠਾ ਹੈਗਾ ਕਿ ਉਸ ਦਾ ਵੀ ਇਨਕਾਊਂਟਰ ਹੋਏਗਾ ਦੱਸਦੀ ਕਿ ਪੰਜਾਬ ਪੁਲਿਸ ਤੇ ਡੀਜੀਪੀ ਦੇ ਵੱਲੋਂ ਕੱਲ ਸਿੱਧੇ ਤੌਰ ਤੇ ਇਹ ਜਿਹੜੇ ਇਸ਼ਾਰੇ ਨੇ ਉਹ ਕੀਤੇ ਗਏ ਨੇ ਕਿ 골ਡੀ 브라드 ਦੀ ਹਵਾਲਗੀ ਹੈ ਜਿਹੜੀ ਉਹ ਲਈ ਜਾਏਗੀ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਲਿਆਂਦਾ ਜਾਏਗਾ 골ਡੀ 브라드 ਉਸ ਨੂੰ ਵੀ ਜਾਂ ਤਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਰੱਖਿਆ ਜਾਏਗਾ ਜੇਕਰ ਉਹ ਪੁਲਿਸ ਨੂੰ ਸਰੈਂਡਰ ਨਹੀਂ ਕਰੇਗਾ ਤਾਂ ਉਸ ਦਾ ਵੀ ਉਹੀ ਹਸ਼ਰ ਹੋਏਗਾ ਜੋ ਕਿ ਪਹਿਲਾਂ ਦੋ ਗੈਂਗਸਟਰਾਂ ਦਾ ਹੋਇਆ ਜੋ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਕੁਸਾ ਦਾ ਹੋਇਆ 골ਡੀ 브라드 ਦਾ ਵੀ ਉਹੀ ਜਿਹੜਾ ਹਸ਼ਰ ਹੈ ਉਹ ਹੋਏਗਾ ਦੱਸਦੀ ਹੈ ਕਿ 골ਡੀ 브라드 ਨੂੰ ਜਲਦ ਕੈਨੇਡਾ ਉਹ ਜਿਹੜਾ ਪੰਜਾਬ ਲਿਆਂਦਾ ਜਾਏਗਾ ਦੱਸਦੀ ਕਿ ਕੈਨੇਡਾ ਦੇ ਵਿੱਚ ਅੰਡਰਗਰਾਉਂਡ ਹੋ ਗਿਆ 골ਡੀ ਬਰਾਡ ਪਰ ਉਸ ਨੂੰ ਪੰਜਾਬ ਲਿਆਉਣ ਦੇ ਯਤਨ ਨੇ ਜਿਹੜੇ ਉਹ ਪੰਜਾਬ ਪੁਲਿਸ ਦੇ ਵੱਲੋਂ ਜਲਦ ਤੋਂ ਜਲਦ ਕੀਤੇ ਜਾਣਗੇ ਜਲਦ ਤੋਂ ਜਲਦ 골ਡੀ ਬਰਾਡ ਨੂੰ ਪੰਜਾਬ ਲਿਆਂਦਾ ਜਾਏਗਾ ਕਿਉਂਕਿ ਪੋਸਟਮਾਰਕੇ 골ਡੀ 브라드 ਦੇ ਵੱਲੋਂ ਲਗਾਤਾਰ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਤੇ ਇਸੇ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਜਦੋਂ ਲੋਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦਾ ਰਿਮਾਂਡ ਮਿਲਿਆ ਤਾਂ ਲੋਰੈਂਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਵਿੱਚ ਵੀ ਜਿਹੜੇ 골ਡੀ 브라드 ਦਾ ਨਾਮ ਹੈ ਜਿਹੜਾ ਉਹ ਲਗਾਤਾਰ ਸਾਹਮਣੇ ਆ ਰਿਹਾ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ 골ਡੀ 브라드 ਨੂੰ ਪੰਜਾਬ ਲੈ ਅੰਦਾ ਜਾਏਗਾ ਤੇ ਪੰਜਾਬ ਪੁਲਿਸ ਉਸ ਦਾ ਇਨਕਾਊਂਟਰ ਹੈ ਜਿਹੜਾ ਉਹ ਵੀ ਕਰ ਸਕਦੀ ਹੈ ਕਿ ਇਹ ਵੀ ਗੱਲ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿੱਧੂ ਮੁਸੇਹਦ ਵਾਲਾ ਕਤਲ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਗੋਲਡੀ ਬਰਾੜ ਕੈਨੇਡਾ ਦੇ ਵਿੱਚ ਅੰਡਰਗਰਾਉਂਡ ਹੋ ਗਿਆ ਪੰਜਾਬ ਪੁਲਿਸ ਨੂੰ ਗੋਲਡੀ ਬਰਾੜ ਦੀ ਲਗਾਤਾਰ ਭਾਲ ਹੈ ਕਿਉਂਕਿ ਜਿਹੜੇ ਸਾਰੇ ਦੋਸ਼ੀ ਸੀਗੇ ਤਕਰੀਬਨ ਤਕਰੀਬਨ ਸਾਰੇ ਦੋਸ਼ੀ ਨੇ ਜਿਹੜੇ ਉਹ ਗ੍ਰਫਤਾਰ ਕਰ ਲਏ ਗਏ ਨੇ ਤੇ ਪੰਜਾਬ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਤੇ ਗੁੱਥੀ ਹੈ ਜਿਹੜੀ ਇਹ ਕਤਲ ਦੀ ਪੂਰੀ ਤਰ੍ਹਾਂ ਸੁਲਝਦੀ ਵਿਖਾਈ ਦੇ ਰਹੀ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ ਤੇ ਨਾਲ ਨਾਲ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਤਕਰੀਬਨ ਲਿਆ ਗਿਆ ਦੋ ਚਾਰ ਦੋਸ਼ੀ ਨੇ ਜਿਹੜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੂੰ ਵੀ ਜਲਦ ਹੀ ਜਿਹੜਾ ਗ੍ਰਫਤਾਰ ਕਰ ਲਿਆ ਜਾਏਗਾ ਪਰ ਸਭ ਤੋਂ ਵੱਡਾ ਨਾਂ 골ਡੀ ਬਰਾਡ 골ਡੀ ਬਰਾਡ ਦਾ ਨਾਮ ਲੈ ਕੇ ਕਈ ਨੌਜਵਾਨਾਂ ਦੀ ਜਿਹੜੀ ਕੈਨੇਡਾ ਦੇ ਵਿੱਚ ਕੁੱਟਮਾਰ ਵੀ ਕੀਤੀ ਗਈ ਹੈ ਦੋ ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਪਰ ਉਹ 골ਡੀ ਬਰਾਡ ਨਹੀਂ ਸੀਗਾ ਕੈਨੇਡਾ ਦੇ ਵਿੱਚ ਜਿਹੜਾ ਅੰਡਰਗਰਾਉਂਡ ਹੋ ਗਿਆ 골ਡੀ ਬਰਾਡ ਅਤੇ ਹੁਣ ਉਸ ਦਾ ਪੰਜਾਬ ਲੈ ਕੇ ਇਨਕਾਊਂਟਰ ਕੀਤਾ ਜਾ ਸਕਦਾ